ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਕੁਝ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਨੇ ਜੋ ਅਸੀਂ ਆਪ ਸਹੇੜੀਆਂ ਹੁੰਦੀਆਂ ਨੇ। ਅਕਸਰ ਅਸੀਂ ਆਪਣੇ ਖਾਣ ਪਾਣ ਨੂੰ ਅਜਿਹਾ ਕਰ ਲੈਂਦੇ ਹਾਂ ਜਿਸ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਜਨਮ ਲੈ ਲੈਂਦੀ ਹੈ ਅਤੇ ਉਹਦੇ ਵਾਸਤੇ ਅਸੀਂ ਨੁਕਸ ਲੱਭਦੇ ਰਹਿ ਜਾਂਦੇ ਹਾਂ। ਖਾਸ ਤੌਰ ਦੇ ਉੱਤੇ ਪੇਟ ਦੇ ਵਿੱਚ ਇਨਫੈਕਸ਼ਨ ਹੋਣਾ, ਪ੍ਰੋਬਲਮ ਹੋਣਾ, ਇਸ ਤੋਂ ਇਲਾਵਾ ਤੁਹਾਡਾ ਗੈਸ ਦਾ ਬਣਨਾ, ਖੱਟੇ ਡਕਾਰਾਂ ਦਾ ਆਉਣਾ, ਐਸੀਡਿਟੀ ਵੀ ਕਹਿ ਦਿੰਦੇ ਨੇ, ਕਈ ਤਾਂ ਕਹਿ ਦਿੰਦੇ ਤੇਜ਼ਾਬ ਬਣਨਾ ਸ਼ੁਰੂ ਹੋ ਗਿਆ, ਕਈ ਸ਼ਬਦ ਕਈ ਨਾਮ ਨਵੇਂ ਵੀ ਆ ਜਾਂਦੇ ਨੇ। ਕਾਰਨ ਕੀ ਹੈ ਕਿ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਬਦਲ ਲਿਆ ਹੈ। ਇੱਕ ਤਾਂ ਅਸੀਂ ਖਾਣ ਪੀਣ ਇਹੋ ਜਿਹਾ ਕਰ ਲਿਆ ਵੀ ਘਰੇ ਤਾਂ ਅਸੀਂ ਕੁਝ ਖਾਣਾ ਨਹੀਂ, ਰਾਹ ਦੇ ਵਿੱਚ ਹੁੰਦਾ ਵੀ ਯਾਰ ਆਪਾਂ ਲੇਟ ਹੋ ਗਏ ਦਫ਼ਤਰ ਨੂੰ, ਰਾਹ ਦੇ ਵਿੱਚ ਖਾ ਲਾਂਗੇ ਜਾਂ ਕੁਝ ਆਰਡਰ ਕਰ ਲਾਂਗੇ ਅਤੇ ਸਿੱਧਾ ਖਾ ਲਾਂਗੇ, ਯਾਨੀ ਕਿ ਰੈਡੀਮੇਡ ਫੂਡ ਵਾਲਾ ਕੰਮ ਸ਼ੁਰੂ ਹੋ ਚੁੱਕਿਆ। ਪਰ ਉਹਨੇ ਸਾਨੂੰ ਕਈ ਮੁਸੀਬਤਾਂ ਵੀ ਦਿੱਤੀਆਂ ਨੇ, ਪਰ ਇਹਨਾਂ ਮੁਸੀਬਤਾਂ 'ਚੋਂ ਨਿਕਲਣ ਦਾ ਜਿਹੜਾ ਹੱਲ ਦਿੱਤਾ ਹੈ ਉਹ ਮਿਸਟਰ ਸੁਭਾਸ਼ ਗੋਇਲ ਹੋਰਾਂ ਨੇ ਦਿੱਤਾ ਹੈ। ਕੀ ਹੱਲ ਹੈ ਉਹਦੇ ਉੱਤੇ ਚਰਚਾ ਕਰਾਂਗੇ। ਇੱਕ ਵਾਰ ਫਿਰ ਸੈਕਟਰ 44D ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ ਅਤੇ ਵਰਦਾਨ ਆਯੁਰਵੇਦਿਕ ਸੈਂਟਰ ਦੇ ਵਿੱਚ ਜਦੋਂ ਵੀ ਆਉਂਦੇ ਹਾਂ ਤਾਂ ਤੁਹਾਡੀ ਸਿਹਤ ਦੇ ਨਾਲ ਜੁੜੀ ਗੱਲ ਇੱਥੇ ਜ਼ਰੂਰ ਹੁੰਦੀ ਹੈ। ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਹੈ ਜੀ। ਧਰਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ, ਬਹੁਤ ਹੀ ਸਤਿਕਾਰ, ਔਰ ਸਾਰਿਆਂ ਲਈ ਦੁਆ ਕਰਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ 'ਤੇ ਸਦਾ ਬਣੀ ਰਹੇ। ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਇੱਕ ਔਪਚਾਰਿਕ ਜੀ ਗੱਲਬਾਤ ਕਰ ਲਈ ਹੈ ਕਿ ਨਮਸਕਾਰ ਹੋ ਗਿਆ, ਸਤਿ ਸ਼੍ਰੀ ਅਕਾਲ ਹੋ ਗਈ, ਪਰ ਗੁਲ ਸਾਹਿਬ ਅੱਜ ਕੱਲ੍ਹ ਇਹ ਹੁੰਦਾ ਹੈ ਬੰਦੇ ਨੂੰ ਕੁਝ ਖਾਣ ਵਾਸਤੇ ਤੁਸੀਂ ਦਿਓ ਨਾ, ਤੁਹਾਡੇ ਕੋਲ ਪਹੁੰਚਿਆ ਬੈਠਿਆ ਹੈ, ਕਹੇ ਯਾਰ ਆਹ ਚਾਹ ਦਾ ਕੱਪ, ਉਹਨੇ ਯਾਰ ਬੜੀ ਗੈਸ ਬਣਦੀ ਹੈ, ਜਲਣ ਹੋਣ ਲੱਗ ਪੈਂਦੀ, ਮੈਂ ਤਾਂ ਚਾਹ ਪੀਣੀ ਨਹੀਂ। ਅੱਛਾ, ਜੇ ਉਹਨੂੰ ਕਹਿ ਦੇ ਵੀ ਚੱਲ ਆਪਾਂ ਫਿਰ ਖਾਣ ਪੀਣ ਨੂੰ ਮੰਗਾ ਲੈਂਦੇ ਹਾਂ, ਨਾ ਨਾ ਨਾ, ਖੱਟੇ ਡਕਾਰ ਆਉਂਦੇ ਨੇ। ਮਤਲਬ ਇਹ ਗੱਲਾਂ ਵੀ ਸਾਡੇ ਜੀਵਨ ਦਾ ਹਿੱਸਾ ਬਣ ਚੁੱਕੀਆਂ ਨੇ, ਇਹਨਾਂ ਦਾ ਕੀ ਹੱਲ ਹੈ ਜੀ? ਇਹ ਨਾ ਜੀ, ਜਿਹੜੇ ਖੱਟੇ ਡਕਾਰ, ਐਸੀਡਿਟੀ, ਜਲਨ, ਇਹਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਬਹੁਤ ਵੱਡਾ ਭੰਡਾਰ ਹੈ ਇਹਦੇ ਵਾਸਤੇ ਆਯੁਰਵੈਦਿਕ ਸਿਸਟਮ ਦੇ ਵਿੱਚ ਦਵਾਈਆਂ ਦਾ। ਲੇਕਿਨ ਮੈਂ ਇਹਦੇ ਲਈ ਇੱਕ ਬਹੁਤ ਵਧੀਆ ਨੁਸਖਾ ਜਿਹੜਾ ਪੂਰਾ ਜਿਹਦਾ ਮੈਂ ਖਿਲਾਰਾ ਪਾਇਆ, ਪਬਲਿਕਲੀ ਖਿਲਾਰਾ ਪਾਇਆ, ਉਹ ਇੰਨਾ ਕਾਮਯਾਬ ਨੁਸਖਾ ਰਿਹਾ, ਉਹ ਸੀਗਾ ਜੀਰਾ, ਸੋਰੀ, ਸੌਂਫ, ਜੀਰਾ ਅਤੇ ਅਜਵਾਇਣ। ਇਹਨੂੰ ਅਸੀਂ ਦਿੱਤਾ ਜੀਰਾ, ਸੌਂਫ ਅਤੇ ਅਜਵਾਇਣ। ਜੀਰਾ ਜਿਹੜਾ ਹੈਗਾ ਉਹ ਬਰਾਬਰ ਮਾਤਰਾ 'ਚ ਤਿੰਨੇ ਚੀਜ਼ਾਂ ਲੈ ਕੇ 300 ਗ੍ਰਾਮ, 100 ਗ੍ਰਾਮ ਤਿੰਨੇ ਲੈ ਲਓ, ਤਵੇ 'ਤੇ ਸੇਕ ਲਓ, ਸੇਕ ਕੇ ਦਾ ਪਾਊਡਰ ਬਣਾ ਲਓ, ਅੱਧਾ ਚਮਚਾ ਰੋਟੀ ਖਾਣ ਤੋਂ ਬਾਅਦ ਮੂੰਹ 'ਚ ਰੱਖੋ ਅਤੇ ਚੂਸ ਚੂਸ ਕੇ ਇਹਨੂੰ ਪਾਣੀ ਦੇ ਨਾਲ ਘੁੱਟਾ ਵੱਟੀ ਪੀ ਲਓ, ਅਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ। ਕਈਆਂ ਨੇ ਤਾਂ ਮੈਨੂੰ ਇਹ ਵੀ ਕਿਹਾ ਕਿ ਮੇਰਾ ਬਹੁਤ ਵਜ਼ਨ ਘੱਟ ਗਿਆ, ਕਈਆਂ ਨੇ ਕਿਹਾ ਗੁਲ ਸਾਹਿਬ ਮੇਰੀ ਕਿੰਨੀ ਦੇਰ ਪੁਰਾਣੀ ਜਿਹੜੀ ਗੈਸਟ੍ਰਿਕ ਪ੍ਰੋਬਲਮ ਸੀ, ਗੈਸ ਦੀ ਪ੍ਰੋਬਲਮ ਸੀ, ਮੈਂ 10-10 ਸਾਲ ਹੋ ਗਏ ਸੀ ਡਾਕਟਰ ਸਾਹਿਬ ਨੂੰ ਦਿਖਾਉਂਦੇ ਰਹੇ, ਲੁਧਿਆਣੇ ਵੀ, ਪਟਿਆਲੇ ਵੀ, ਚੰਗੇ ਚੰਗੇ ਡਾਕਟਰਾਂ ਨੂੰ ਦਿਖਾਇਆ, ਇਹ ਠੀਕ ਨਹੀਂ ਹੋਈ, ਲੇਕਿਨ ਸੌਂਫ, ਜੀਰਾ, ਅਜਵਾਇਣ ਲੈਣ ਦੇ ਨਾਲ ਇਹਨੂੰ ਫਰਕ ਪਿਆ। ਇਹ ਇੱਕ ਬਹੁਤ ਵੱਡੀ ਕੁਦਰਤ ਦੀ ਦੇਣ ਹੈ ਧਰਮਿੰਦਰ ਜੀ, ਸੌਂਫ, ਜੀਰਾ, ਅਜਵਾਇਣ ਜਿਹੜਾ ਹੈਗਾ, ਜੇ ਕਿਤੇ ਇਹਨੂੰ ਖਾ ਕੇ ਮਾੜਾ ਜਿਹਾ ਨਾਲ ਗੁੜ ਵੀ ਖਾ ਲੈਣ ਤਾਂ ਸੋਨੇ 'ਤੇ ਸੁਹਾਗੇ ਦੀ ਗੱਲ ਹੈ। ਤਾਂ ਬਹੁਤ ਲੋਕਾਂ ਨੇ ਇਹਦਾ ਮੈਨੂੰ ਬੈਨੀਫਿਟ ਦੱਸਿਆ, ਔਰ ਸਭ ਤੋਂ ਵੱਧ ਜਦੋਂ ਮੈਨੂੰ ਪਤਾ ਲੱਗਦਾ ਨਾ ਧਰਮਿੰਦਰ ਜੀ ਵੀ ਕੋਈ ਸਾਡਾ ਦੱਸਿਆ ਹੋਇਆ ਨੁਸਖਾ ਲੋਕਾਂ ਨੂੰ ਫਾਇਦਾ ਕਰ ਰਿਹਾ। ਹੁਣ ਦੇਖੋ ਕਿਸੇ ਨੂੰ ਮਾਂ ਵਾਧੀ, ਕਿਸੇ ਨੂੰ ਸਵਾਦੀ, ਹੁਣ ਕਿਸੇ ਨੂੰ 100-200 ਦੇ ਵਿੱਚੋਂ 1-2 ਨੂੰ ਨਹੀਂ ਵੀ ਠੀਕ ਲੱਗਦਾ, ਪਰ ਜਿਹਨੂੰ ਨਹੀਂ ਠੀਕ ਲੱਗਦਾ ਨਾ, ਗਰਮੈਸ਼ ਕਰਦਾ, ਤਾਂ ਸੌਂਫ ਥੋੜ੍ਹੀ ਜਿਹੀ ਜ਼ਿਆਦਾ ਪਾ ਲਓ, ਬਾਕੀਆਂ ਲਈ ਬਰਾਬਰ ਆ, ਅਤੇ ਸੌਂਫ ਜ਼ਿਆਦਾ ਪਾ ਲਓ ਤਾਂ ਗਰਮੀ ਘੱਟ ਕਰਦਾ, ਅਤੇ ਇਹ ਚੀਜ਼ ਜਿਹੜੀ ਆ ਫਾਇਦੇਮੰਦ ਆ। ਔਰ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਦੱਸਦਾ, ਮੈਂ ਹਰਿਮੰਦਰ ਸਾਹਿਬ ਗਿਆ ਆਪਣਾ ਅੰਮ੍ਰਿਤਸਰ ਬਾਬਾ ਜੀ ਦੇ ਘਰ, ਉੱਥੇ ਜਾ ਕੇ ਮੇਰਾ ਜੀ ਬੜਾ ਲੱਗਦਾ, ਜੀ ਕਿਉਂ ਲੱਗਦਾ,
ਕਿ ਉੱਥੇ ਸੰਗਤ ਮਿਲਦੀ ਆ ਮੈਨੂੰ, ਬਹੁਤ ਪਿਆਰ ਕਰਦੀ ਆ ਉੱਥੇ ਜਿੰਨੇ ਵੀ ਮਤਲਬ ਲੋਕ ਨੇ, ਪ੍ਰਬੰਧਕ ਵੀ ਨੇ, ਉਹ ਵੀ ਬਹੁਤ ਪਿਆਰ ਕਰਦੇ ਨੇ, ਮੈਂ ਬੜਾ ਸਤਿਕਾਰ ਕਰਦਾ ਗੁਰੂ ਮਹਾਰਾਜ ਦਾ। ਅਤੇ ਉੱਥੇ ਜਾ ਕੇ ਜਦੋਂ ਮੈਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਦਾ ਉਹਨਾਂ ਦੀ, ਉੱਥੇ ਜਿੱਥੇ ਵੀ ਉਹਨਾਂ ਦਾ ਦਰਬਾਰ ਬਣਿਆ, ਹੁਣ ਤਾਂ ਬੜਾ ਸੋਹਣਾ ਉਹਨੂੰ ਦੁਬਾਰਾ ਬਣਾ ਰਹੇ ਨੇ, ਮੈਂ ਹੁਣ ਜਾ ਕੇ ਆਇਆ, ਬਹੁਤ ਖੂਬਸੂਰਤ ਬਣ ਰਿਹਾ ਉੱਥੇ। ਜਦੋਂ ਨਤਮਸਤਕ ਹੁੰਦੇ ਆ ਅੰਦਰੋਂ, ਮਤਲਬ ਅੱਖਾਂ 'ਚੋਂ ਪਾਣੀ, ਹਿਰਦੇ 'ਚੋਂ ਪਾਣੀ, ਐਂ ਰੋ ਰੋ ਕੇ ਆਉਂਦਾ ਵੀ ਬਾਬਾ ਜੀ ਨੇ ਪਤਾ ਨਹੀਂ ਕਿਹੜੀ ਕੁਰਸੀ 'ਤੇ ਬਿਠਾ ਤੇ, ਕਿੰਨੇ ਜੋਗੇ ਹੈ ਨਹੀਂ ਸੀ, ਜਿੰਨੇ ਜੋਗੇ ਬਣਾ ਤੇ, ਕਰਦੇ ਉਹੀ ਨੇ, ਕੰਨਾ ਕਰਾਉਣਾ ਉਹਨਾਂ ਨੇ। ਮੇਰੇ ਤਾਂ ਜੇ ਕੋਈ ਮਰੀਜ਼ ਕੋਈ ਕੰਪਲੇਂਟ ਵੀ ਕਰ ਜਾਂਦਾ, ਮੈਂ ਤਾਂ ਉਹਨਾਂ ਪੂਰੀ ਲੇਅਰ ਮਾਰਦਾ ਜਾ ਕੇ ਵੀ ਬਾਬਾ ਜੀ ਇਹਨੂੰ ਵੀ ਠੀਕ ਕਰੋ ਅਤੇ ਸਾਡਾ ਵੀ ਜਿਹੜਾ ਦਾਲ ਪਾਣੀ ਚੱਲਦਾ ਰਹੇ, ਇਹਦਾ ਵੀ ਜਿਹੜਾ ਸ਼ੀਸ਼ਾ ਸਾਨੂੰ ਮਿਲਦੀਆਂ ਰਹਿਣ। ਤਾਂ ਉੱਥੇ ਫਿਰ ਪਤਾ ਲੱਗਦਾ ਜੀ, ਇਕੱਠ ਦੇ ਵਿੱਚ ਜਾ ਕੇ ਜਦੋਂ ਕਹਿੰਦੇ ਨੇ ਲੋਕ ਵੀ, ਜਦੋਂ ਅਸੀਂ ਵੀ ਪੋਚੇ ਲਾਉਂਦੇ, ਅਗਲੇ ਵੀ ਲਾ ਰਹੇ ਹੁੰਦੇ ਆ ਵੀ ਗੋਇਲ ਸਾਹਿਬ ਵੀ ਸਾਡੇ ਨਾਲ, ਤਾਂ ਉੱਥੇ ਜਦੋਂ ਲੋਕ ਕਹਿੰਦੇ ਆ ਵੀ ਗੋਇਲ ਸਾਹਿਬ ਮੈਂ ਫਲਾਣੇ ਕੰਟਰੀ ਤੋਂ ਆਇਆ, ਕੋਈ ਕਹਿੰਦਾ ਮੈਂ ਫਲਾਣੇ ਕੰਟਰੀ ਤੋਂ ਆ, UK ਤੋਂ ਬਹੁਤ ਲੋਕ, USA ਕੈਨੇਡਾ ਤੋਂ ਬਹੁਤ ਲੋਕ ਨੇ, ਬਹੁਤ ਸਾਰੇ ਲੋਕ ਜਿਹੜੇ ਮੈਨੂੰ ਮਿਲਦੇ ਨੇ, ਦੁਬਈ ਦੇ ਬਹੁਤ ਲੋਕ ਮਿਲਦੇ ਨੇ, ਈਵਨ ਟੂ ਸਿੰਗਾਪੁਰ ਦੇ, ਥਾਈਲੈਂਡ ਦੇ, ਸਾਰੇ ਤਰ੍ਹਾਂ ਦੇ ਜਿਹੜੇ ਆਪਣੇ ਸਿੰਘ ਪਰਿਵਾਰ ਨੇ ਉਹ ਮੈਨੂੰ ਕਦੇ ਕਦੇ ਉੱਥੇ ਮਿਲਦੇ ਰਹਿੰਦੇ ਆ। ਤਾਂ ਉਹ ਜਦੋਂ ਕਹਿੰਦੇ ਆ ਗੋਇਲ ਸਾਹਿਬ ਤੁਹਾਡਾ ਸੌਂਫ ਜੀਰੇ ਦਾ ਨੁਸਖਾ ਅਸੀਂ ਅਜਮਾਇਆ, ਕਈ ਕਹਿਣਗੇ ਥਾਇਰਾਇਡ ਵਾਸਤੇ ਤੁਸੀਂ ਦੱਸਿਆ ਸੀਗਾ ਕਾਲੀ ਮਿਰਚ ਸੁੰਡ ਅਤੇ ਅਜਮਾਇਆ ਆਪਣਾ ਉਹਦਾ ਮੱਘ ਪਿੱਪਲ ਦਾ ਨੁਸਖਾ, ਉਹ ਵੀ ਬਹੁਤ ਕਾਮਯਾਬ ਰਿਹਾ। ਤਾਂ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ ਵੀ ਇਹ ਇੱਕ ਵੱਡੀ ਗੱਲ ਹੁੰਦੀ ਆ। ਧਰਮਿੰਦਰ ਜੀ ਦੇਖੋ, ਸੈਲੀਬ੍ਰਿਟੀਆਂ ਨਾਲ ਤਾਂ ਦੁਨੀਆ ਹੀ ਫੋਟੋ ਖਿੱਚਦੀ ਆ, ਜਦੋਂ ਕਿਸੇ ਮੇਰੇ ਵਰਗੇ ਵੈਦ ਜਿਹਦੇ ਜਿੰਨੀ ਕੁ ਅਕਲ ਵੰਡੀ ਆ ਉਹਦੇ ਨਾਲ ਜਦ ਕੋਈ ਖੜ ਕੇ ਕਹਿੰਦਾ ਗੁਲ ਸਾਹਿਬ ਸਿੱਧੇ ਜਿਹੇ ਹੋ ਤੁਸੀਂ, ਤੁਹਾਡੇ ਨਾਲ ਫੋਟੋ ਕਰਨੀ ਹੈ, ਅੰਦਰੋਂ ਇੰਨਾ ਖੁਸ਼ੀ, ਮਤਲਬ ਉਸ ਬਾਬਾ ਜੀ ਦੇ ਦਰਬਾਰ 'ਚ ਉਦੋਂ ਅੰਦਰੋਂ ਨਤਮਸਤਕ ਹੋ ਰਿਹਾ ਹੁੰਦਾ ਮੈਂ ਵੀ ਇਹ ਕਿਵੇਂ ਹੋ ਸਕਦਾ, ਮੈਂ ਤਾਂ ਆਪਣੀ ਰੁਜ਼ਗਾਰ ਕਰ ਰਿਹਾ ਅਤੇ ਉਹਦੇ ਬਾਵਜੂਦ ਵੀ ਲੋਕ ਮੈਨੂੰ ਇੰਨਾ ਪਿਆਰ ਕਰਦੇ ਨੇ। ਤਾਂ ਇਹ ਇੱਕ ਬਹੁਤ ਬੜੀ ਇਹ ਸਮਝ ਲਓ ਕਿ ਬਾਬਾ ਜੀ ਦਾ ਆਸ਼ੀਰਵਾਦ ਹੈ ਆਪਣੇ ਸਿਰ 'ਤੇ, ਪਹਿਰਾ ਉਹਨਾਂ ਦਾ ਇਸ ਦਵਾਈਆਂ ਦੇ ਉੱਤੇ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਸਾਡੇ ਨਾਲ ਜਦੋਂ ਤੱਕ ਹੈਗਾ ਸੀ ਉਦੋਂ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਂ। ਜੇ ਕਿਤੇ ਕਹਿੰਦੇ ਨਹੀਂ ਹੁੰਦੇ ਉਹਨਾਂ ਦਾ ਹੱਥ ਸਿਰ ਤੋਂ ਉੱਠ ਗਿਆ ਫਿਰ ਤਾਂ ਕਾਸੇ ਜੋਗੇ ਹੈ ਹੀ ਨਹੀਂ। ਮਤਲਬ ਕਹਿਣ ਦਾ ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਲੱਗੀ ਇਹੀ ਆ ਕਿ ਤੁਹਾਨੂੰ ਸਾਡੇ ਦੱਸੇ ਹੋਏ ਘਰੇਲੂ ਨੁਸਖੇ ਕਾਮਯਾਬ ਨੇ, ਫਾਇਦਾ ਕਰ ਰਹੇ ਨੇ, ਉਹਨਾਂ ਦਾ ਫਾਇਦਾ ਚੱਕਿਆ ਕਰੋ। ਬਾਕੀ ਦੂਜੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿਵੇਂ ਬਹੁਤ ਜ਼ਿਆਦਾ ਗੱਟ ਹੈਲਥ ਵੀਕ ਆ ਆਪਣੀ, ਪੇਟ ਬਹੁਤ ਕਮਜ਼ੋਰ ਹੈ, ਪੇਟ ਦੀਆਂ ਅੰਤੜੀਆਂ ਬਹੁਤ ਕਮਜ਼ੋਰ ਨੇ, ਤਾਂ ਉਹਦੇ ਵਾਸਤੇ ਸਾਡੇ ਜਿਹੜੇ ਵੈਦ ਆ ਉਹਨਾਂ ਨੇ ਬਹੁਤ ਖੋਜ ਕੀਤੀ ਹੈ। ਮੈਂ ਤੁਹਾਡੇ ਮੂਹਰੇ ਇਹਨੂੰ ਸ਼ੋਅ ਕਰਦਾ, ਤੁਹਾਨੂੰ ਉਹ ਖੋਜ ਕਰਨ ਦੀ ਲੋੜ ਨਹੀਂ, ਤੁਸੀਂ ਤਾਂ ਸਿਰਫ ਗੂਗਲ 'ਤੇ ਜਾਓਗੇ, ਜਾ ਕੇ ਤੁਸੀਂ ਗੂਜ਼ਬੈਰੀ ਲਿਖਣਾ, ਸਿਰਫ ਗੂਜ਼ਬੈਰੀ ਲਿਖਣਾ, ਉਹਦੇ ਬੈਨੀਫਿਟ ਜ਼ਰੂਰ ਲਿਖ ਲਿਓ ਨਾਲ, ਗੂਜ਼ਬੈਰੀ ਦੇ ਬੈਨੀਫਿਟ, ਤੁਹਾਡੇ ਕੋਲ ਉਹ ਪ੍ਰੋਡਕਟ ਖੁੱਲ੍ਹ ਕੇ ਆਊਗਾ। ਉਹ ਮੇਰਾ ਨਹੀਂ, ਉਹ ਕੁਦਰਤ ਦਾ, ਪਰਮਾਤਮਾ ਦੀ ਬਖਸ਼ਿਸ਼, ਉਹ ਤੁਹਾਡੇ ਮੂਹਰੇ ਪਲਾਂਟ ਖੜ੍ਹਾ ਹੋਊਗਾ, ਉਹਨੂੰ ਦੇਖੋ, ਉਹ ਆਂਵਲੇ ਵਰਗਾ ਹੀ ਆ, ਬਸ ਫਰਕ ਇੰਨਾ ਕਿ ਜਿਵੇਂ ਆਪਾਂ ਪੰਜਾਬੀ ਹਾਂ ਆਪਣੇ ਚਿਹਰੇ ਨੇ ਉਵੇਂ ਇੱਕ ਉਹ ਚੀਨੀ ਉਹਦਾ ਚਿੱਬਾ ਜਿਹਾ ਚਿਹਰਾ, ਉਵੇਂ ਜਿਵੇਂ ਬਸ ਉਹ ਚਿੱਬਾ ਜਿਹਾ ਬਣਿਆ ਹੋਇਆ ਔਲਾ, ਜਿਹਨੂੰ ਗੂਜ਼ਬੈਰੀ ਕਿਹਾ। ਅਤੇ ਉਹ ਪਰਮਾਤਮਾ ਨੇ ਵੀ ਚੀਜ਼ਾਂ ਚੇਂਜ ਕੀਤੀਆਂ ਨੇ। ਤਾਂ ਜਿਹੜਾ ਗੂਜ਼ਬੈਰੀ ਆ ਇਹ ਸਾਡੀ ਐਸੀਡਿਟੀ, ਸਾਡੀ ਜਲਨ ਵਾਸਤੇ ਕੰਮ ਕਰਦਾ। ਇਹ 'ਚ ਪਾਇਆ ਗਿਆ ਜੀ ਆਂਵਲਾ ਅੰਮ੍ਰਿਤ ਨੰਬਰ 1, ਔਰ ਇਹਦੇ ਵਿੱਚ ਜਿਹੜਾ ਹੈਗਾ ਫਾਈਨ ਆਂਵਲਾ ਪਾਊਡਰ ਅਤੇ ਫਾਈਨ ਭੂਮੀ ਆਂਵਲਾ ਪਾਊਡਰ ਨਾਲ ਗੂਜ਼ਬੈਰੀ ਦੇ। ਤਾਂ ਇਹ ਜਿਹੜਾ ਗੂਜ਼ਬੈਰੀ ਪਾਊਡਰ ਹੈ ਇਹਦਾ ਇੱਕ ਚਮਚਾ ਰਾਤ ਨੂੰ ਭਿਓ ਕੇ ਰੱਖ ਦੇਣਾ, ਸਵੇਰੇ ਖਾਲੀ ਪੇਟ ਪੀ ਲੈਣਾ। ਬਾਬਿਓ ਤੁਸੀਂ ਇਹ ਦੇਖੋਗੇ ਵੀ ਘੰਟੇ ਕੁ ਬਾਅਦ ਐਂ ਲੱਗੂ ਜਿਵੇਂ ਅੰਦਰ ਕਿਸੇ ਨੇ ਡਿਟਰਜੈਂਟ ਵਾਂਗੂ ਕੱਪੜਾ ਧੋਇਆ ਹੁੰਦਾ ਨਾ, ਐਂ ਲੀਵਰ ਸਾਫ਼,
ਹਾਰਟ ਬ੍ਰੇਨ ਅੰਤੜੀਆਂ ਬਿਲਕੁਲ ਅੰਤੜੀਆਂ ਦੇ ਵਿੱਚੋਂ ਤਾਂ ਇਹ ਹੁੰਦਾ ਜਿਵੇਂ ਖੁਰਚ ਖੁਰਚ ਕੇ ਮਲ ਕੱਢਤਾ ਬਾਹਰ ਇਹਨੇ, ਇੱਦਾਂ ਸਫਾਈ ਹੋ ਜਾਂਦੀ ਹੈ, ਢਿੱਡ ਹੌਲਾ ਜਿਹਾ ਹੋ ਜਾਂਦਾ, ਖਾਣ ਨੂੰ ਜੀ ਕਰਦਾ, ਬੰਦਾ ਕਹਿੰਦਾ ਚਲੋ ਯਾਰ ਕਿਤੇ ਵਧੀਆ ਜਿਹਾ ਪੂਰੀਆਂ ਪਾਰੀਆਂ ਬਣਦੀਆਂ ਨੇ, ਗੋਲ ਗੋਲ ਗੱਪੇ ਖਾ ਕੇ ਆਈਏ, ਕਿਉਂ ਅੰਦਰੋਂ ਫਿਰ ਚੀਜ਼ਾਂ ਮੰਗਦੀਆਂ ਨੇ। ਜਦੋਂ ਪੇਟ ਸਾਫ਼ ਤਾਂ ਹਰ ਰੋਗ ਮਾਫ਼, ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਨਾਲ ਹੀ ਫਿਰ ਇੱਕ ਬਣਾਇਆ ਗਿਆ ਜਿਹੜਾ ਅੰਤੜੀਆਂ ਨੂੰ ਤਾਕਤ ਦੇਵੇ, ਨਾੜੀ ਨਾੜੀ ਨੂੰ ਤਾਕਤ ਦੇਣ ਵਾਸਤੇ ਪੈਰ ਤੋਂ ਸਿਰ ਤੱਕ। ਤੁਸੀਂ ਇਹਨਾਂ ਨੂੰ ਅਲੱਗ ਹੋ ਕੇ ਹਟ ਕੇ ਦੇਖਿਓ, ਆਪਣੇ ਪ੍ਰੋਡਕਟ ਨੇ ਮੇਰੇ, ਮੈਂ ਬਣਾਏ ਨੇ, ਇਹ ਤੁਹਾਡੇ ਨੇ, ਇਹਨਾਂ ਨੂੰ ਇਹ ਸਮਝੋ ਕਿ ਤੁਹਾਡੇ ਨੇ, ਨਾ ਦੁਨੀਆਂ 'ਚ ਮੈਂ ਰਹਿਣਾ, ਨਾ ਤੁਸੀਂ ਰਹਿਣਾ, ਨਾ ਕਿਸੇ ਹੋਰ ਨੇ ਰਹਿਣਾ, ਪ੍ਰੋਡਕਟ ਰਹਿਣਗੇ। ਅਤੇ ਇਹ ਜਿਹੜੀ ਵੈਦਵਾਨ ਕੰਪਨੀ ਹੈ, ਜਿੱਥੇ ਵੈਦਵਾਨ ਲਿਖਿਆ ਕਹਿ ਦਿਉ ਅਸਲੀ ਆ, ਜਿੱਥੇ ਵੈਦਵਾਨ ਨਹੀਂ ਲਿਖਿਆ ਸਾਨੂੰ ਨਹੀਂ ਪਤਾ ਉਹ ਕੀ ਹੈ, ਉਹ ਬਾਬਾ ਜੀ ਦੀ ਕਿਰਪਾ ਸਭ 'ਤੇ ਬਣੀ ਰਹੇ, ਅਸੀਂ ਤਾਂ ਕਹਿੰਦੇ ਉਹ ਵੀ ਠੀਕ ਰਹਿਣ ਜਿਹੜੇ ਨਹੀਂ ਲਿਖਦੇ। ਪਰ ਗੂਜ਼ਬੈਰੀ ਜਿਹੜਾ ਹੈਗਾ, ਇਹਦਾ ਇੱਕ ਚਮਚਾ ਰਾਤ ਨੂੰ ਭਿਓ ਕੇ ਸਵੇਰੇ, ਦੂਜਾ ਜਿਹੜਾ ਨਸਾਂ ਨੂੰ ਤਾਕਤ, ਜਿਵੇਂ ਬ੍ਰੇਨ ਤੱਕ, ਜਿਵੇਂ ਤੁਹਾਨੂੰ ਗੈਸ ਰਹਿੰਦੀ ਆ, ਐਸੀਡਿਟੀ ਰਹਿੰਦੀ ਆ, ਬ੍ਰੇਨ 'ਚ ਦਰਦ, ਮਾਈਗ੍ਰੇਨ ਹੋ ਜਾਂਦਾ, ਸਿਰ ਦਰਦ ਹੁੰਦਾ, ਹੋਰ ਅੱਖਾਂ ਦੇ ਵਿੱਚ ਭਾਰੀਪਣ, ਜਦੋਂ ਅੰਦਰ ਐਸੀਡਿਟੀ ਗੈਸ ਹੋਈ ਹੁੰਦੀ ਆ, ਬੰਦੇ ਨੂੰ ਐਂ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਦਿਨਾਂ ਦੀ ਭੁੱਕੀ ਖਾਈ ਬੈਠਾ ਹੁੰਦਾ, ਬੰਦੇ ਦਾ ਦਿਮਾਗ ਹੀ ਬੁੱਝ ਰਹਿੰਦਾ, ਉਹਨਾਂ ਵਾਸਤੇ ਵਿਦਾਨੀਆ ਐਸ ਐਫ, ਵਿਦਾਨੀਆ ਐਸ ਐਫ ਜਿਹੜੀ ਹੈਗੀ ਆ, ਇਹ ਅਸ਼ਵਗੰਧਾ ਦੀ ਇੱਕ ਐਕਸਟਰਾ ਆਰਡੀਨਰੀ ਕੁਆਲਿਟੀ ਆ। ਵਿਦਾਨੀਆ ਐਸ ਐਫ ਅਸ਼ਵਗੰਧ ਨਿਗੋੜੀ, ਕਮਾਲ ਦੀ ਚੀਜ਼ ਹੈ ਜੀ, ਅਸ਼ਗੰਧ ਨਿਗੋਰੀ। ਇਹ ਜਿਹੜਾ ਅਸ਼ਗੰਧ ਹੈ, ਇਹਦੇ ਵਿੱਚ ਦੇਖੋ ਲਿਖਿਆ ਹੋਇਆ ਬਕਾਇਦਾ ਅਸ਼ਵਗੰਧ ਨਿਗੋਰੀ ਪਾਊਡਰ, ਇਹ ਉਹ ਚੀਜ਼ ਹੈ। ਵਿਦਾਨੀਆ ਐਸ ਐਫ ਫਾਈਨ ਪਾਊਡਰ, ਇਹ ਵੀ ਇਹ ਸਵੇਰੇ ਭਿਓ ਦੇਣਾ, ਉਹੀ ਗਲਾਸ ਨੂੰ ਧੋ ਕੇ ਉਹਦੇ ਵਿੱਚ ਇਹ ਪਾ ਦੇਣਾ, ਸ਼ਾਮ ਨੂੰ ਇਹਨੂੰ ਪੀ ਲੈਣਾ 5-6 ਵਜੇ ਤੋਂ ਬਾਅਦ, ਜਦੋਂ ਵੀ ਘਰ ਆਉਂਦੇ ਹੋ ਤੁਸੀਂ। ਤੁਸੀਂ ਕਹੋਗੇ ਯਾਰ ਇਹ ਕੀ ਹੋ ਗਿਆ, ਜਿੰਨੀ ਸਾਡੀ ਗੱਟ ਹੈਲਥ ਕਮਜ਼ੋਰ ਤੀ, ਜਿਵੇਂ ਰੋਟੀ ਖਾਧੀ ਭੱਜ ਕੇ ਟੋਇਲਟ ਜਾਣਾ ਪੈਂਦਾ, ਰੋਟੀ ਖਾਧੀ ਬਦਹਜ਼ਮੀ ਹੋ ਗਈ, ਢਿੱਡਾ ਫਰ ਗਿਆ, ਫਾਰਾ ਆ ਗਿਆ, ਐਂ ਹੋ ਗਿਆ, ਇਹ ਜਿਹੜੀ ਚੀਜ਼ ਆ, ਇਹ ਤੁਹਾਨੂੰ ਲਓ ਦੋ ਪਾਊਡਰ ਨੇ ਦਿੱਤੇ ਮੈਂ, ਕਮਾਲ ਦਾ ਰਿਜ਼ਲਟ। ਔਰ ਜਿਹਨੂੰ ਐਸੀਡਿਟੀ ਰਿਫਲੈਕਟ ਕਰਦਾ, ਐਸਿਡ ਰਿਫਲੈਕਟ ਕਰਦਾ, ਉਹਨਾਂ ਵਾਸਤੇ ਬਹੁਤ ਗਜ਼ਬ ਚੀਜ਼ ਆ। ਜਿਹਨਾਂ ਲੋਕਾਂ ਨੇ ਯੂਜ਼ ਕੀਤੀ ਆ ਉਹਨਾਂ ਨੂੰ ਪਤਾ, ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਇਹਨੂੰ ਐਂ ਸਮਝ ਲਓ ਵੀ ਇਹ ਤੁਹਾਡੀ ਰਾਤ ਦੀ ਪੀਤੀ ਹੋਈ ਵੋਦਕਾ ਹੈ, ਸਵੇਰ ਦੀ ਹੈ, ਇਹ ਐਸੀ ਚੀਜ਼ ਹੈ। ਇਹ ਜਿੰਨੀ ਐਸੀਡਿਟੀ, ਜਲਣ, ਗਰਮੀ ਦੀ ਸ਼ਿਕਾਇਤ ਆ, ਇਹਦਾ ਸਿਰਫ 4 ਚਮਚੇ, ਇੱਕ ਕੱਪ ਪਾਣੀ ਲੈਣਾ, ਮਤਲਬ ਅੱਧਾ ਕੱਪ ਹੀ ਪਾਣੀ ਸਮਝੋ, ਅੱਧਾ ਕੱਪ ਹੀ ਲਈਓ ਕੱਪ ਦੇ ਵਿੱਚ ਪਾਣੀ, ਜੇ ਕੋਸਾ ਲੈ ਲਓ ਬਹੁਤ ਫਾਇਦਾ ਕਰੂ, ਨਹੀਂ ਨੋਰਮਲ ਪਾਣੀ ਲਿਓ, ਉਹ 'ਚ ਇਹਦੇ 4 ਚਮਚੇ ਪਾਉਣੇ ਆ, ਇੱਦਾਂ ਕਰਕੇ 4 ਚਮਚੇ ਪਾ ਕੇ ਇਹਨੂੰ ਹੌਲੀ ਹੌਲੀ ਸਿਪ ਕਰ ਕਰਕੇ ਪੀਣਾ। ਇਹਦੇ ਵਿੱਚ ਪਿਪਰਾਮਿੰਟ ਵੀ ਪਾਇਆ, ਇਹ ਇੰਨਾ ਠੰਡਾ ਹੁੰਦਾ, ਸ਼ਾਂਤ ਹੁੰਦਾ, ਜਿਵੇਂ ਜਲਣ ਹੁੰਦੀ ਆ, ਅੱਗ ਨਿਕਲਦੀ ਆ, ਐਂ ਲੱਗਦਾ ਵੀ ਬਸ ਅੰਦਰੋਂ ਕੁਛ ਨਿਕਲ ਜੂਗਾ ਬਾਹਰ। ਉਸ ਟਾਈਮ ਇਹਨੂੰ ਜਦੋਂ ਤੁਸੀਂ ਪੀਓਗੇ, ਜਿਹੜੇ ਲੋਕ ਟੀਕਾ ਲਾਉਂਦੇ ਨੇ ਉਸ ਟਾਈਮ ਵੀ ਐਸੀਡਿਟੀ ਜਲਣ ਦਾ ਟੀਕਾ ਲਾਇਆ ਅਤੇ ਸਥਾਨ ਤੋਂ ਹੀ, ਉਹ ਜਿਹੜੇ ਹੋਰ ਬਹੁਤ ਸਾਰੀਆਂ ਗੋਲੀਆਂ ਕੈਪਸੂਲ ਖਾਂਦੇ ਨੇ ਖਾਲੀ ਪੇਟ, ਉਹਨਾਂ ਵਾਸਤੇ ਸਭ ਤੋਂ ਡੀਸੈਂਟ ਚੀਜ਼ ਆ। ਬਾਊ ਜੀ ਮੈਂ ਤਾਂ ਹੱਥ 'ਚ ਫੜੀ ਆ, ਮੈਨੂੰ ਡਕਾਰ ਆ ਗਿਆ ਬਸ। ਅੱਛਾ ਡਕਾਰ, ਇੱਕ ਹੋਰ ਗੱਲ ਹੈ ਜੀ, ਮੈਨੂੰ ਯਾਦ ਆ ਗਈ, ਡਕਾਰ ਨਾ ਕਿਸੇ ਬੰਦੇ ਨੂੰ ਐਂ ਹੱਥ ਲਾਓ ਤਾਂ ਉਹ ਵੀ ਡਕਾਰ ਮਾਰ ਦਿੰਦਾ, ਕਿਤੇ ਤੋਂ ਮੋਢਾ ਫੜ ਲਿਆ ਤਾਂ ਵੀ ਡਕਾਰ ਮਾਰ ਦਿੰਦਾ, ਉਹ ਕੀ ਕਾਰਨ ਹੈ ਜੀ? ਧਰਿੰਦਰ ਜੀ ਦਿਖਾਇਓ ਇੱਧਰਲੀ ਬਾਂਹ, ਜਿਵੇਂ ਹੁਣ ਕਈ ਵਾਰੀ ਨਾ ਮੈਂ ਐਂ ਨਬਜ਼ ਫੜਦਾ, ਬੰਦੇ ਨੂੰ ਡਕਾਰ ਆਉਂਦਾ। ਇਹ ਇੱਕ ਨਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਜੀ, ਇਹ ਹੁੰਦੀ ਹੈ ਨਰਵ ਸਿਸਟਮ ਦੇ ਵਿੱਚ ਗੈਸਟ੍ਰਿਕ ਪ੍ਰੋਬਲਮ। ਇਹ ਜਿਹੜੀ ਪ੍ਰੋਬਲਮ ਹੈ ਇਹ ਬਹੁਤ ਤੰਗ ਕਰਦੀ ਆ, ਇਹ ਇਹ ਮਤਲਬ ਕਿ ਬੰਦਾ ਕਿਤੇ ਬੈਠਾ ਬੈਠਾ ਐਂ ਵੀ ਕਰ ਲੈਂਦਾ ਜੀ, ਐਂ ਆਪ ਹੀ ਸਰੀਰ ਨੂੰ ਐਂ ਦੱਬ ਲਵੇ, ਐਂ ਬਾਹਾਂ, ਉਹਨੂੰ ਮਤਲਬ ਡਕਾਰ ਆਉਂਦੇ ਨੇ ਰਹੇ ਰੱਬ ਤੁਹਾਨੂੰ। ਇਹ ਇਹਦੇ ਵਾਸਤੇ ਜੀਰਾ, ਅਜਵਾਇਣ, ਸੌਂਫ, ਬਹੁਤ ਲੋਕਾਂ ਨੇ ਮੈਨੂੰ ਦੱਸਿਆ ਵੀ ਡਾਕਟਰ ਸਾਹਿਬ ਉਹਦੇ ਨਾਲ ਗੋਇਲ ਸਾਹਿਬ ਸਾਨੂੰ ਬਹੁਤ ਫਾਇਦਾ ਹੋਇਆ,
ਅਤੇ ਉਹ ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਫਾਇਦਾ ਹੋਇਆ, ਅਤੇ ਇੱਕ ਉਹਨਾਂ ਵਾਸਤੇ ਫਿਰ ਅਸੀਂ ਇੱਕ ਬਣਾਇਆ ਸੀਗਾ ਜੀ ਅੰਮ੍ਰਿਤ। ਇੱਥੇ ਕੀ ਪਿਆ ਮੈਨੂੰ ਲੱਗਦਾ ਜੀ ਅੰਮ੍ਰਿਤ ਪਾਊਡਰ 5 ਪਾਚਕ ਪਿਆ ਆਪਣਾ, ਇਹ ਪਿਆ ਇਹਨਾਂ ਜੀ ਬਿਲਕੁਲ ਵਾਈਟ ਕਲਰ ਦਾ ਜੀ ਅੰਮ੍ਰਿਤ। ਇਹਨੂੰ ਜਦੋਂ ਬੰਦਾ ਜੀਭ 'ਤੇ ਰੱਖਦਾ ਨਾ ਜੀ ਪਾਊਡਰ ਨੂੰ ਚਮਚ ਵਿੱਚ ਲੈ ਕੇ, ਜਦ ਹੀ ਖਤਮ ਟੇਸਟ ਫਿਰ ਤਾਂ 2-3 ਘੰਟੇ ਸਵਾਦ ਨਹੀਂ ਜਾਂਦਾ ਮੂੰਹ 'ਚੋਂ, ਇੰਨਾ ਸਵਾਦ ਬਣਿਆ ਹੋਇਆ ਇਹ ਹੈ। ਜੜੀ ਬੂਟੀਆਂ ਗ੍ਰੰਥ ਦਾ ਯੋਗ ਹੈ, ਕੋਈ ਬਾਹਰੋਂ ਨਹੀਂ ਆਇਆ ਹੋਇਆ ਜੀ ਅੰਮ੍ਰਿਤ। ਇਹ ਪਾਊਡਰ ਹੈ ਜੀ, ਐਡੀ ਕੁ ਸ਼ੀਸ਼ੀ ਹੈ, 30 ਗ੍ਰਾਮ ਦੀ ਬਹੁਤ ਹੈ, 1 ਗ੍ਰਾਮ ਡੇਲੀ ਖਾਣਾ ਇਹ, ਮਤਲਬ ਜਿੰਨੀ ਵੀ ਗੈਸ ਦੀ ਪ੍ਰੋਬਲਮ ਹੈ ਉਹ 'ਚ ਫਾਇਦਾ ਕਰੂਗਾ। ਫਿਰ ਇਹ ਪੰਚ ਅੰਮ੍ਰਿਤ ਆ, ਪੰਚ ਅੰਮ੍ਰਿਤ ਜਿਹੜਾ ਹੈਗਾ ਇਹ ਜਿਹੜਾ ਇਹਦਾ ਜਿਹੜਾ ਬੈਨੀਫਿਟ ਹੈ ਤੁਸੀਂ ਸੋਚ ਵੀ ਨਹੀਂ ਸਕਦੇ। ਇਹ ਮੈਂ ਉਹ ਕਹਿਣਾ ਹੁੰਦਾ ਜਿਹਨਾਂ ਨੂੰ ਅਕਸਰ ਗੈਸ ਦੀ ਪ੍ਰੋਬਲਮ ਰਹਿੰਦੀ ਹੈ, ਜਦੋਂ ਖਾਣਾ ਖਾ ਕੇ ਹਟਦੇ ਆ ਐਂ ਇੱਕ ਚੁਟਕੀ ਭਰ ਮਸਾਂ ਚਮਚ 'ਤੇ ਮਾੜੇ ਜਾਂ ਚੁੰਝ 'ਤੇ ਲੈਣਾ, 1 ਗ੍ਰਾਮ ਦੇ ਬਰਾਬਰ ਲੈ ਕੇ ਚੂਸ ਲੈਣਾ। ਤੁਸੀਂ ਕਹੋਗੇ ਵੀ ਕਮਾਲ ਹੈ, ਹੁਣ ਇਹ ਚੁੰਝਾਂ ਜੀਆਂ ਪਤਾ ਕਿਉਂ ਦੱਸਦਾ ਮੈਂ ਤੁਹਾਨੂੰ, ਇਸ ਲਈ ਦੱਸਦਾ ਵੀ ਅਸੀਂ ਨਾ ਇਹਨਾਂ ਦੇ ਐਕਸਟ੍ਰੈਕਟ ਲੈਂਦੇ ਹਾਂ, ਜਿਵੇਂ ਕਿਲੋ ਦੇ ਵਿੱਚੋਂ 100 ਗ੍ਰਾਮ ਪਾਊਡਰ ਕੱਢਦੇ ਹਾਂ, 100 ਗ੍ਰਾਮ ਪਾਊਡਰ ਜਿਹੜਾ ਹੈਗਾ ਉਹ ਅਸੀਂ ਯੂਜ਼ ਕਰਦੇ ਹਾਂ, ਜਿਹੜਾ 900 ਗ੍ਰਾਮ ਹੁੰਦਾ ਉਹ ਵੇਸਟ 'ਚ ਚਲਾ ਜਾਂਦਾ, ਉਹਨੂੰ ਅਸੀਂ ਯੂਜ ਨਹੀਂ ਕਰਦੇ। ਕਿਲੋ ਦਾ ਰੇਟ ਜਿਹੜਾ 100 ਗ੍ਰਾਮ 'ਤੇ ਹੀ ਪੈਂਦਾ ਫਿਰ, ਤਾਂ ਇਹ 30 ਗ੍ਰਾਮ ਦਾ ਜਿਹੜਾ ਰੇਟ ਆ ਇਹ 300 ਗ੍ਰਾਮ ਵਾਲਾ ਰੇਟ ਆ, ਮਤਲਬ ਇਸੇ ਤਰ੍ਹਾਂ ਇਹਦਾ ਫਿਰ ਰਿਜ਼ਲਟ ਵੀ ਉਵੇਂ ਆ, ਚੁੰਝ 'ਤੇ ਰੱਖ ਕੇ ਭੋਰਾ ਕੀ ਖਾਣਾ, ਪੂਰਾ ਰਿਜ਼ਲਟ ਆਉਂਦਾ। ਐਸੀਡਿਟੀ ਗੈਸ ਔਰ ਜਲਨ ਵਾਸਤੇ ਸਭ ਤੋਂ ਬੈਸਟ ਇਹ ਫਾਰਮੂਲੇਸ਼ਨ ਨੇ। ਔਰ ਇੱਕ ਅਸੀਂ ਜਾਂਦੇ ਜਾਂਦੇ ਲੋਕਾਂ ਨੂੰ ਦੇ ਦਿੰਦੇ ਹਾਂ ਨਾਭੀ ਟੱਚ ਤੇਲ ਜਿਹੜਾ ਧੁੰਨੀ 'ਚ ਲਾਉਣਾ, ਤਾਂ ਕਿ ਜਿਹੜੇ ਸਾਡੀਆਂ ਪੇਟ ਦੀਆਂ ਨਸਾਂ ਨੇ ਉਹਨਾਂ ਨੂੰ ਲੁਬਰੀਕੇਟ ਕੀਤਾ ਜਾਵੇ। ਕਮਾਲ ਦਾ ਨਜ਼ਾਰੇਦਾਰ ਰਿਜ਼ਲਟ ਹੈ। ਬਿਲਕੁਲ ਜੀ, ਅਤੇ ਜਿਹੜੀ ਲੀਵਰ ਦੀ ਗਰਮੀ ਆ ਉਹਦੇ ਵਾਸਤੇ ਵੀ ਗੋਇਲ ਸਾਹਿਬ ਐਕਸ ਪਲੱਸ, ਕਈ ਸਾਨੂੰ ਜਿਹੜੇ ਦਰਸ਼ਕ ਕਮੈਂਟ ਕਰਦੇ ਨੇ ਉਹ ਦੱਸਦੇ ਨੇ ਕਿ ਇਹਦੇ ਨਾਲ ਲੀਵਰ ਦੀ ਗਰਮੀ ਦੇ ਉੱਤੇ ਵੀ ਅਸਰ ਪੈਂਦਾ ਜੀ। ਜਿਹੜਾ ਗੈਸ ਐਸੀਡਿਟੀ ਕਬਜ਼ ਆ ਉਹ ਲੋਕਾਂ ਨੂੰ ਲੀਵਰ 'ਚ ਗਰਮੀ ਆ ਜਾਂਦੀ ਆ, ਆਉਣੀ ਆਉਣੀ ਆ, ਕਿਉਂਕਿ ਇਹ ਜਿਹੜਾ ਅਸੀਂ ਦਿੰਦੇ ਹਾਂ ਨਾ ਜੀ ਗੂਜ਼ਬੈਰੀ, ਇਹ ਲੀਵਰ ਦੀ ਗਰਮੀ ਨੂੰ ਸਾਫ਼ ਕਰਦਾ। ਉਸ ਤੋਂ ਬਾਅਦ ਕੀ ਆ ਕਿ ਉਹਨਾਂ ਨੂੰ ਉਹਨਾਂ ਦੀ ਮੈਰਿਜ ਲਾਈਫ ਦੇ ਵਿੱਚ ਜਿਹੜਾ ਰੋਮਾਂਸ ਹੁੰਦਾ ਉਹ ਵੀ ਖਤਮ, ਕਿਉਂਕਿ ਕਬਜ਼ 100 ਬਿਮਾਰੀਆਂ ਦੀ ਜੜ੍ਹ ਆ। ਉਹਦੇ ਨਾਲ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਹਨਾਂ ਦੀ ਰੋਮਾਂਟਿਕ ਲਾਈਫ ਖਤਮ ਹੋ ਜਾਂਦੀ ਹੈ। ਉਹਦੇ ਵਿੱਚ ਫਿਰ ਅਸੀਂ ਆਪਣਾ ਜਿਹੜਾ ਐਕਸ ਪਲੱਸ ਗੋਲਡ ਕੈਪਸੂਲ ਹੈ ਪੂਰਾ ਰਿਜ਼ਲਟ ਵਧੀਆ ਰਿਜ਼ਲਟ ਕਰਦਾ, ਔਰ ਇਹ ਉਹਨਾਂ ਨੂੰ ਅਸੀਂ ਨਾਲ ਦੇ ਦਿੰਦੇ ਹਾਂ ਵੀ ਇੱਕ ਅੱਧਾ ਕੈਪਸੂਲ ਪਹਿਲਾਂ ਇਹ ਕੋਰਸ ਕਰ ਲਓ ਵੀ ਫਿਰ ਇਹਨੂੰ ਖਾਈ ਜਾਓ। ਔਰ ਇਹ ਸਾਡਾ ਹਰੇਕ ਆਊਟਲੈਟ 'ਤੇ ਮਿਲ ਜਾਂਦਾ, ਪੰਜਾਬ 'ਚ ਹਰੇਕ ਮੈਡੀਕਲ ਸਟੋਰ 'ਤੇ ਮਿਲ ਜਾਂਦਾ, ਜਿੱਥੋਂ ਵੀ ਤੁਸੀਂ ਲੈਣਾ ਲੈ ਸਕਦੇ ਹੋ। ਔਰ ਇੱਕ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ, ਇਹ 20 ਕੈਪਸੂਲ ਦੀ ਡੱਬੀ ਹੈ, 5 ਕੈਪਸੂਲ ਇਹਦੇ ਵਿੱਚ ਹੀ ਪਾਏ ਨੇ ਅਸੀਂ ਫ੍ਰੀ। ਪਹਿਲਾਂ ਅਸੀਂ ਅਲੱਗ ਦਿੰਦੇ ਸੀ ਇੱਦਾਂ ਵੀ ਇੱਕੇ ਡੱਬੀ ਦੇਤੀ, 5 ਕੈਪਸੂਲ ਦੀ ਨਾਲ ਫ੍ਰੀ ਦੇਤੀ। ਉਹ 5 ਵਾਲੀ ਕਈ ਵਾਰੀ ਹੁੰਦਾ ਵੀ ਕਮਿਸਟਾਂ ਦੇ ਵਿੱਚ ਨਾ, ਕਈਆਂ 'ਚ ਸਾਰੇ ਨਹੀਂ, ਇੱਕ ਅੱਧਾ ਕੋਈ ਇਹੋ ਜਿਹਾ ਉਹਦਾ ਦਿੰਦਾ ਨਹੀਂ ਸੀ, ਫਿਰ ਪੇਸ਼ੈਂਟ ਦੇ ਉੱਤੇ ਬੈਡ ਇਫੈਕਟ ਪੈਂਦਾ ਸੀ। ਅਸੀਂ ਇਹਦੇ ਵਿੱਚ ਹੀ ਪਾਤੀ ਤਾਂ ਕਿ ਅਗਲੇ ਨੂੰ ਦੇਣਾ ਹੀ ਪਵੇ। ਤਾਂ ਉਹ ਇਹ ਫਿਰ ਇਸ ਤਰ੍ਹਾਂ ਜਿਹੜਾ ਹੈਗਾ ਇਹ ਬਣਾਇਆ ਗਿਆ ਕਿ ਜਿਨ੍ਹਾਂ ਨੂੰ ਪੇਟ ਗੈਸ ਕਬਜ਼ ਜਲਣ ਐਸੀਡਿਟੀ ਦੀ ਪ੍ਰੋਬਲਮ ਹੈ, ਪਹਿਲਾਂ ਤਾਂ ਸੌਂਫ ਜੀਰਾ ਅਜਵਾਇਣ ਲੈ ਕੇ ਇਹਨੂੰ ਠੀਕ ਕਰ ਲਓ। ਜੇ ਤੁਹਾਨੂੰ ਫਿਰ ਵੀ ਲੱਗਦਾ ਵੀ ਗੋਇਲ ਸਾਹਿਬ ਦੇ ਨਿਆਣੇ ਪਾਲਣੇ ਆ, ਫਿਰ ਭਾਈ ਮੇਰੇ ਕੋਲ ਆ ਜਾਓ, ਫਿਰ ਮੇਰੇ ਕੋਲ ਦਵਾਈਆਂ ਦਾ ਖਜ਼ਾਨਾ ਹੈਗਾ ਹੀ, ਉਹ ਤੁਹਾਨੂੰ ਸਾਰਿਆਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ। ਗੋਇਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ, ਅਤੇ ਲਾਹੇਵੰਦ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ, ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਤੁਹਾਡਾ ਵੀ ਧਰਮਿੰਦਰ ਜੀ, ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦਾ ਧੰਨਵਾਦ ਹੈ ਜੀ, ਅਤੇ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ 'ਤੇ ਫਿਰ ਚਰਚਾ ਕਰਾਂਗੇ। ਆਗਿਆ ਦਿਓ, ਧੰਨਵਾਦ।